ਤੁਹਾਨੂੰ ਨਹੀਂ ਦੱਸਿਆ ਕਿ ਕੀ ਪਰੇਸ਼ਾਨੀ ਹੈ? ਸਾਨੂੰ ਤਾਂ ਮੇਰੇ ਬਸ ਇੱਕ ਹੀ ਕਹਿੰਦੀ ਸੀਗੀ ਵੀ ਮੈਂ ਦੁਨੀਆ ਛੱਡ ਦੂੰਗੀ ਪਰ ਮੈਂ ਇਹਨੂੰ ਤਲਾਕ ਨਹੀਂ ਦੇ ਸਕਦੀ। ਬਸ ਸਿਰਫ ਇੱਕ ਗੱਲ, ਜਦੋਂ ਅਸੀਂ ਕੁਛ ਵੀ ਕਹਿੰਦੇ ਸੀ ਸਾਨੂੰ ਤਾਂ ਇਹੀ ਕਹਿੰਦੀ ਸੀ ਵੀ ਮੈਂ ਤਲਾਕ ਨਹੀਂ ਦੇਣੇ, ਮੈਂ ਦੁਨੀਆ ਛੱਡਣੀ। ਹੋਰ ਸਾਨੂੰ ਕੁਛ ਨਹੀਂ ਸੀ ਵੀ ਰਹਿਣਾ, ਮੈਂ ਇਸੇ ਨਾਲ ਹੀ ਰਹਿਣਾ, ਹੋਰ ਮੈਂ ਕਿਸੇ ਨਾਲ ਰਹਿ ਨਹੀਂ ਸਕਦਾ। ਅਸੀਂ ਤਾਂ ਇਨਸਾਫ ਦੀ ਮੰਗ ਕਰਦੇ ਹਾਂ ਵੀਰੇ, ਵੀ ਸਾਡੀ ਧੀ ਮਾਰੀ ਆ, ਸਾਨੂੰ ਇਨਸਾਫ ਮਿਲਣਾ ਚਾਹੀਦਾ। ਕਰਾਂਗੇ, ਕਾਗਜ਼ੀ ਕਾਰਵਾਈ ਹੋਣੀ ਚਾਹੀਦੀ ਹੈ, ਕਾਗਜ਼ੀ ਕਾਰਵਾਈ ਹੋਣੀ ਚਾਹੀਦੀ ਹੈ। ਕਿੰਨੇ ਭੈਣ ਭਰਾ ਸੀ? ਦੋ, ਇੱਕ ਬੇਟਾ ਇੱਕ ਬੇਟੀ। ਹਾਂਜੀ, ਕੱਲੀ ਗਈ ਸੀ, ਬਹੁਤ ਵਧੀਆ ਵਿਆਹ ਕਰਕੇ 25 ਲੱਖ ਰੁਪਇਆ ਉਹਦੇ ਵਿਆਹ 'ਤੇ ਲਾ ਕੇ ਭੇਜੀ ਸੀ, ਲਾਇਆ ਸੀ ਰੈਵਲ ਸਪੇਸ ਦੇ ਵਿੱਚ, ਵਿਆਹ ਕੀਤਾ ਸੀ। 750 ਬੰਦਾ ਉਹਦਾ ਬਰਾਤ ਦਾ ਚੱਲਿਆ ਸੀ। ਕਿੰਨਾ ਟਾਈਮ ਹੋ ਗਿਆ ਸੀ ਵਿਆਹ ਨੂੰ? ਵਿਆਹ ਹੋਇਆ ਸੀਗਾ 19 'ਚ, 4 ਅਗਸਤ 2019 'ਚ। ਜਿਹੜੀ ਉਹਦੀ ਪਰੇਸ਼ਾਨੀ ਸ਼ੁਰੂ ਹੋਈ, ਉਹ ਕਦੋਂ ਤੋਂ ਸ਼ੁਰੂ ਹੋਈ? ਪਹਿਲਾਂ ਸਾਨੂੰ ਕੋਈ ਪਤਾ ਨਹੀਂ ਭਰਾਵਾ, ਸਾਨੂੰ ਤਾਂ 2 ਮਹੀਨੇ ਹੋਏ ਪਤਾ ਲੱਗੇ ਨੇ। ਪਰੇਸ਼ਾਨ ਆ, ਸਾਨੂੰ ਪਹਿਲਾਂ ਕੋਈ ਪਤਾ ਨਹੀਂ ਸੀ, ਨਾ ਸਾਨੂੰ ਉਹਦੇ ਸਹੁਰਿਆਂ ਨੇ ਕੁਛ ਦੱਸਿਆ, ਨਾ ਸਾਡੀ ਬੇਟੀ ਦਾ। ਉਹ ਕਹਿੰਦੇ ਵੀ ਸਾਨੂੰ ਤਲਾਕ ਤੇ 35 ਲੱਖ ਰੁਪਇਆ ਹੀ ਚਾਹੀਦਾ, ਸਾਨੂੰ ਹੋਰ ਕੁਛ ਨਹੀਂ ਚਾਹੀਦਾ। ਸਾਨੂੰ ਜਿੱਥੇ ਵੀ ਪੰਚਾਇਤ ਇਕੱਠੀ ਹੁੰਦੀ ਸੀ ਉੱਥੇ ਉਹ ਇਹੀ ਗੱਲ ਕਹਿੰਦੇ ਸੀ। ਦੋਸ਼ੀ ਉਹਦੇ ਸਹੁਰੇ ਪਰਿਵਾਰ ਨੂੰ, ਉਹਦੀ ਨਾਨਦ ਨੇ ਜਿੱਦੇ ਸਾਨੂੰ ਸੱਦਿਆ ਉੱਥੇ ਬੁਲਾਇਆ, ਅਸੀਂ ਗਏ ਹਾਂ ਮੈਂ ਅਤੇ ਮੇਰਾ ਬੇਟਾ। ਉਹਦੀ ਨਾਨਦ ਨੇ ਆਖਿਆ, ਕਹਿੰਦੀ ਅਸੀਂ ਤਾਂ 1.5 ਸਾਲ ਪਹਿਲਾਂ ਤਲਾਕ ਮੰਗ ਰਹੇ ਸੀ, ਤੁਹਾਨੂੰ ਤਾਂ ਅੱਜ ਪਤਾ ਲੱਗਾ। ਕਹਿੰਦੀ ਹਾਂਜੀ, ਹਜੇ ਵੀਰੇ ਕੁਛ ਨਹੀਂ ਕਹਿ ਸਕਦੇ, ਹਜੇ ਭੱਜੇ ਫਿਰਦੇ ਹਾਂ, ਹਫ਼ਤਾ ਵੀ ਲੱਗ ਸਕਦਾ, ਹਜੇ ਕਾਗਜ਼ੀ ਕਾਰਵਾਈ ਉੱਧਰ ਹੋਈ ਜਾਂਦੀ ਹੈ, ਸਾਡਾ ਕੋਈ ਹੈ ਨਹੀਂ ਉੱਥੇ ਹਜੇ। ਤੁਹਾਡੀ ਜਿਹੜੀ ਜਸਪ੍ਰੀਤ ਕੌਰ ਦੇ, ਉਹ ਇਕੱਲੀ ਰਹਿੰਦੀ ਸੀ ਜੀ? ਉਹ ਆਪਣੀਆਂ ਫਰੈਂਡਾਂ ਨਾਲ ਰਹਿ ਰਹੀ ਸੀ। ਉਹਨਾਂ ਨਾਲ ਤੁਹਾਡੀ ਗੱਲਬਾਤ ਹੋਈ ਹੈ? ਹਾਂਜੀ, ਪਰਸੋਂ ਹੋਈ ਆ, ਮੇਰੀ ਨਹੀਂ ਹੋਈ, ਬੇਟੇ ਦੀ ਹੋਈ ਆ, ਮੇਰੀ ਨਹੀਂ ਹੋਈ। ਗੱਲਬਾਤ ਹੋਈ ਹੈ ਜਿਹੜੀ ਉੱਥੋਂ ਦੇ ਪੁਲਿਸ ਅਧਿਕਾਰੀਆਂ ਨਾਲ? ਹਾਂਜੀ, ਜਿਹੜੀ ਜਸਪ੍ਰੀਤ ਕੌਰ ਦੀ ਸਹੇਲੀਆਂ ਨਾਲ? ਨਹੀਂ, ਉਹ ਮੇਰੀ ਬਾਈਕ ਦੀ ਹੋਈ ਹੈ ਗੱਲ ਸਹੇਲੀਆਂ ਨਾਲ, ਤੇ ਪੁਲਿਸ ਨੇ ਉਹਨਾਂ ਦਾ ਕੀ ਕਹਿਣਾ ਸੀ? ਪੁਲਿਸ ਵਾਲਿਆਂ ਨੇ ਮੈਨੂੰ ਪੁੱਛਿਆ ਵੀ ਉਹਦਾ ਕੋਈ ਸਹੁਰੇ ਪਰਿਵਾਰ ਨਾਲ ਰੌਲਾ ਚੱਲਦਾ। ਮੈਂ ਹਾਂਜੀ ਚੱਲਦਾ, 2 ਮਹੀਨੇ ਹੋ ਗਏ ਜੀ ਰੌਲਾ ਚੱਲਦੇ ਨੇ, ਸਾਡੀਆਂ ਪੰਚਾਇਤਾਂ ਪੰਚਾਇਤਾਂ। ਪੰਜਾਬੀ ਪੁਲਿਸ ਅਫਸਰ ਸੀਗਾ ਕਾਲੋਂ, ਅਤੇ ਉਹਨੇ ਮੈਨੂੰ ਦੱਸਿਆ ਵੀ ਤੁਹਾਡੀ ਧੀ ਨੂੰ ਕੋਈ ਹੋਰ ਵੀ ਪਰੇਸ਼ਾਨੀ ਨਹੀਂ ਸੀਗੀ, ਵੀ ਜਿਹਦੇ ਕਰਕੇ ਉਹਨੇ ਸੁਸਾਈਡ ਕਰੀ ਹੈ, ਵੀ ਉਹ ਆਪਦੇ ਘਰ ਵਾਲੇ ਨਾਲ ਉਹਨਾਂ ਦੀ ਆਸ ਵਿੱਚ ਗੱਲ ਹੁੰਦੀ ਹੋਈ ਆ, ਵੀ ਵੀਡੀਓ ਬਣਾ ਕੇ ਉਹਨੇ ਸਾਰਾ ਕੁਝ ਦਿਖਾ ਕੇ ਲਾਸਟ ਕਾਲ ਉਹਦੇ ਨਾਲ ਹੀ ਹੋਈ ਹੈ ਜੀ, ਅਤੇ ਉਹਨੇ ਤਾਂ ਫਾਹ ਲਿਆ। ਹਾਂਜੀ 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 ਹਾਂਜੀ, ਹੁਣ ਇਹ ਉਹਨਾਂ ਨੇ ਮੈਨੂੰ ਕਿਹਾ ਗਾ, ਉਹਨਾਂ ਨੇ ਵੀਡੀਓ ਉੱਤੇ ਕਹਿੰਦੇ ਫੋਨ 'ਚ ਉਹਦੇ 'ਚ ਅਸੀਂ ਵੇਖਾਂਗੇ। ਸੋ ਦਰਸ਼ਕੋ, 30 ਤਰੀਕ ਨੂੰ ਸੁਬਹ ਹੀ ਹੋਈ ਸੀ। ਕੀ ਕਹਿੰਦੀ ਸੀ ਗੱਲ? ਉਹਨੂੰ ਮੈਂ ਪੁੱਛਿਆ ਜੀ, ਉਹਦੀ ਸੁੱਖ ਸੰਦਰ ਆ ਗਈ ਭਾਜੀ, ਮੈਂ ਕਿਹਾ ਪੁੱਤ ਤੂੰ ਮੈਨੂੰ ਦੱਸ ਦੇ। ਉਹ ਮੈਨੂੰ ਆਹਦੀ ਕੋਈ ਨਹੀਂ ਡੈਡੀ, ਵੀ ਮੈਂ ਠੀਕ ਹਾਂ। ਮੈਂ ਕਿਹਾ ਚੱਲ ਤੂੰ ਸੌਂ ਜਾ, ਮੈਂ ਹੋਰ ਕੁਛ ਨਹੀਂ ਬੋਲਿਆ, ਮੈਨੂੰ ਤਾਂ ਉਹ ਸੁੱਖ ਸੰਦ ਪੁੱਛ ਕੇ ਗੱਲ ਆ। ਕੀ ਪਰੇਸ਼ਾਨੀ ਸੀ ਉਹਨੂੰ ਅਤੇ ਹੋਇਆ ਕੀ ਹੈ? ਪਰੇਸ਼ਾਨੀ ਉਹਨੂੰ ਮੈਂ ਸਹੁਰੇ ਪਰਿਵਾਰ ਤੰਗ ਵਾਲਾ ਕਰਦਾ ਸੀ, ਯਾਨੀ ਕਿ ਉਹਨੂੰ ਆਉਂਦਾ ਸੀ ਵੀ ਤੁਹਾਨੂੰ ਤਲਾਕ ਦੇ ਜਿੱਥੇ ਜਾਂਦੀ ਸੀ, ਅਤੇ 35 ਲੱਖ ਰੁਪਈਆ ਸੀ। ਕਿੱਥੇ ਆ ਉਹਦਾ ਸਹੁਰਾ ਪਰਿਵਾਰ? ਕਿੱਥੇ? ਕਿਹੜਾ ਪਿੰਡ? ਉਹ ਹੈਗਾ ਨਾਰਾਇਣਗੜ੍ਹ ਸੁੰਘਾ। ਅਤੇ ਸਹੁਰਾ ਪਰਿਵਾਰ ਉਹਦਾ ਕੈਨੇਡਾ 'ਚ ਸੀ ਜਾਂ ਇੱਧਰ ਹੈ? ਨਾ, ਇੱਧਰ ਹੈ ਜੀ। ਪਤੀ ਵੀ ਇੱਧਰ ਹੈ? ਪਤੀ ਵੀ ਇੱਧਰ ਹੈ। ਪਰਿਵਾਰ ਉਹ ਤਲਾਕ ਕਿਉਂ ਮੰਗਦੇ ਸੀਗੇ? ਤਲਾਕ ਉਹ ਮੰਗਦੇ ਸੀ ਵੀ ਉਹਨਾਂ ਨੇ 3 ਵਾਰੀ ਕੁੜੀ ਨੇ ਫਾਇਲ ਲਵਾਈ ਸੀ, ਅਤੇ ਉਹਦਾ ਐਂ ਨਹੀਂ ਪਤਾ ਸਾਨੂੰ ਫਾਇਲ 3 ਵਾਰੀ ਰਿਫਿਊਜ਼ਲ ਹੋ ਗਈ, ਉਹਨਾਂ ਦਾ ਮੇਰਾ ਲੱਗਦਾ ਨਹੀਂ। ਅਸੀਂ ਆਪਣਾ ਨਾ ਮੰਗ ਕਰਦੇ, ਮੇਰੀ ਧੀ ਉਹਨਾਂ ਨੇ ਤੰਗ ਕਰਕੇ ਮਾਰੀ, ਵੀ ਉਹਦਾ ਨਿਆਂ ਚਾਹੀਦਾ। ਜਸਪ੍ਰੀਤ ਕੌਰ ਦੀ ਮੌਤ ਹੋਈ ਹੈ, ਤੁਹਾਡੀ ਉੱਥੋਂ ਦੇ ਜਿਹੜੇ ਪੁਲਿਸ ਅਧਿਕਾਰੀਆਂ ਨਾਲ ਕਿਸੇ ਨਾਲ ਗੱਲਬਾਤ ਹੋਈ ਹੈ, ਕੀ ਕਾਰਨ ਬਣਿਆ ਮੌਤ ਦਾ? ਕੀ ਕਾਰਨ? ਮੇਰੇ ਨਾਲ ਕੋਈ ਗੱਲ ਨਹੀਂ ਹੋਈ, ਮੇਰੇ ਬੇਟੇ ਨਾਲ ਹੋਈ। ਹਾਂਜੀ, ਕਿੱਦਾਂ ਮੌਤ ਕਿੱਦਾਂ ਹੋਈ? ਉਹਨੇ ਸਾਨੂੰ ਕਹੀ, ਇਹ ਬੇਟਾ ਦੱਸਦਾ ਵੀ ਫਾਹਾ ਲਿਆ ਅਤੇ ਕੋਈ ਜ਼ਹਿਰੀਲੀ ਚੀਜ਼ ਗਾ ਕੇ ਫਾਹਾ ਲਿਆ। ਜ਼ਹਿਰੀਲੀ ਚੀਜ਼? ਹਾਂ,
ਤੇ ਉਹ ਵੀਡੀਓ ਆਈ ਵੀ ਆ ਪੁਲਿਸ ਵਾਲੇ ਕਹਿੰਦੇ ਹੋਣਗੇ ਵੀ ਉਹ ਉਹਨੇ ਵੀ ਉਹਦੇ ਸਾਹਮਣੇ ਲਿਆ ਗੁਰਮੀਤ ਦੇ ਉਹਦੇ ਘਰ ਵਾਲੇ ਦੇ ਆਪਣੇ ਘਰ ਵਾਲੇ ਨਾਲ ਵੀਡੀਓ ਕਾਲ ਤੇ ਸੀਗੇ ਹਾਂ ਵੀਡੀਓ ਕਾਲ ਹਾਂ ਖਾਨੀ ਨਹੀਂ ਉਹ ਉਹਨਾਂ ਨੂੰ ਪਤਾ ਸਾਨੂੰ ਜਾਣੀ ਕਿ ਦੱਸ ਰਹੀ ਹੈ